ਦਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਅਸੀਂ ਕੰਨਵਾਲ ਚੌਂਕ ਗੁਰਦਾਸਪੁਰ ਖੜੇ ਹਾਂ ਜੀ, ਜਿੱਥੇ ਅੱਜ ਸੰਘ ਦਾ ਜਿਹੜਾ ਸੰਘ ਆ ਰਿਹਾ ਜੀ, ਔਰ ਇਹ ਸੰਘ ਪਿਛਲੇ ਦੋ ਦਿਨਾਂ ਤੋਂ ਹੁਸ਼ਿਆਰਪੁਰ ਇਲਾਕੇ ਦੇ ਵਿੱਚੋਂ ਚੱਲ ਕੇ ਡੇਰਾ ਬਾਬਾ ਨਾਨਕ ਜਾਣਾ ਜੀ ਇਹਨਾਂ ਨੇ, ਔਰ ਅਲੱਗ ਅਲੱਗ ਥਾਵਾਂ ਤੋਂ ਹੁੰਦਾ ਹੋਇਆ, ਔਰ ਇਹ ਸੰਘ ਜੀ ਅੱਜ ਇੱਥੇ ਗੁਰਦਾਸਪੁਰ ਪੁੱਜੇਗਾ। ਗੁਰਦਾਸਪੁਰ ਤੋਂ ਜਾਂਦਾ ਜਾਂਦਾ ਜੀ ਡੇਰਾ ਬਾਬਾ ਨਾਨਕ ਵਾਲੇ ਅੱਗੇ ਵਧੇਗਾ, ਔਰ ਤੁਸੀਂ ਦੇਖੋ ਹਰ ਪਾਸੇ ਗਹਿਮਾ ਗਹਿਮੀ ਆ ਜੀ। ਲੰਗਰ ਲੱਗੇ ਹੋਏ ਆ ਜੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਡੇਰਾ ਬਾਬਾ ਨਾਨਕ ਚੋਲਾ ਸਾਹਿਬ ਗੁਰਦੁਆਰਾ ਸਾਹਿਬ ਇਹ ਸੰਘ ਨੇ ਪਹੁੰਚਣਾ ਹੁੰਦਾ ਜੀ ਹਰ ਸਾਲ। ਔਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੋਕਾਂ ਦਾ ਇੱਥੇ ਇਕੱਠ ਹੈ, ਨੌਜਵਾਨ ਟਰੈਕਟਰਾਂ 'ਤੇ ਟਰਾਲੀਆਂ 'ਤੇ ਡੇਰਾ ਬਾਬਾ ਨਾਨਕ ਸ਼੍ਰੀ ਚੋਲਾ ਸਾਹਿਬ ਨੂੰ ਜਾਂਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਤੁਸੀਂ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਨੌਜਵਾਨਾਂ ਨੂੰ, ਤੁਸੀਂ ਦੇਖ ਸਕਦੇ ਹੋ ਨੌਜਵਾਨੀ ਜਿਹੜੀ ਬੜੀ ਉਤਸ਼ਾਹਤ ਹੁੰਦੀ ਹੈ, ਔਰ ਕੇਸਰੀ ਸ਼ਾਇਨ ਸਾਹਿਬ ਲਾ ਕੇ ਆਪਣੇ ਟਰੈਕਟਰਾਂ 'ਤੇ ਜੀਪਾਂ 'ਤੇ ਇਹੋ ਜਿਹੀ ਘਾੜੀ ਲੱਗੀ ਹੋਈ ਆ। ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਕਹਿੰਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਹਾਂਜੀ ਬਾਈ ਜੀ, ਕਿੰਨੀ ਕੁ ਦੇਰ ਤੋਂ ਸੇਵਾ ਨਿਭਾ ਰਹੇ ਹੋ ਜੀ ਇਹ? ਇਹ ਬਾਈ ਜੀ ਮੁੰਡੇ ਨੇ ਕਰਾਉਂਦੇ ਆ ਗੱਲ, ਇੱਥੇ ਹੀ ਆ, ਇੱਥੇ ਮੁੰਡੇ ਨੇ ਕਰਾਉਂਦੇ ਆ, ਇੱਧਰ ਗੱਲ ਕਰਾਈ ਇੱਧਰ ਅਸੀਂ ਤੁਹਾਨੂੰ। ਤੁਸੀਂ ਬਾਈ ਜੀ ਕਿੰਨੇ ਕੁ ਦਿਨਾਂ ਤੋਂ ਸੇਵਾ ਨਿਭਾ ਰਹੇ ਹੋ ਜੀ? ਸਰੀਰ ਨੇ ਪਰਸੋਂ ਤੋਂ ਲੱਗੇ ਜੀ ਸੇਵਾ ਕਰਨ। ਤੇ ਹਰ ਸਾਲ ਲਾਉਂਦੇ ਹੋ ਜੀ? ਹਾਂਜੀ ਹਰ ਸਾਲ ਲਾਈਦਾ ਜੀ, ਨਾਲ ਲੰਗਰ ਵੀ ਚੱਲਣ ਡਿਆ ਜੀ। ਦੋ ਟਰਾਲੀਆਂ ਕਿੰਨੇ ਲੈਂਦੇ ਜੀ? ਕਿਹੜੇ ਇਲਾਕੇ ਤੋਂ ਜੀ ਤੁਸੀਂ? ਇੱਥੋਂ ਕਿਹੜੇ ਪਿੰਡੋਂ? ਇੱਥੋਂ ਰਤੋਵਾਲ ਹੋ ਜੀ ਪਿੰਡ। ਤੇ ਕਿੰਨੀ ਕੁ ਸੰਗਤ ਤੁਹਾਡੇ ਹਿਸਾਬ ਨਾਲ ਆ ਜਾਂਦੀ ਹੈ ਜੀ? ਸੰਗਤ ਜੀ ਹੁਣ ਬੇਗਿਣਤੀ ਹੈ ਜੀ, ਕੋਈ ਹਿਸਾਬ ਨਹੀਂ ਕੀਤਾ ਜਾਂਦਾ ਜੀ। ਇੱਦਾਂ ਦੇਖੋ ਡੇ ਸਵੇਰ ਦੇ 3 ਵਜੇ ਦੇ ਲੱਗੇ ਆ ਸਵੇਰ ਦੇ। ਹਾਂਜੀ ਹਲੇ ਕਿੰਨੇ ਕੁ ਵਜੇ ਤੱਕ ਹੋਰ, ਜਿੰਨਾ ਚਿਰ ਸੰਗਤ ਆਪਣੇ ਸੰਘ ਲੰਘਦਾ ਨਹੀਂ ਜੀ ਉਹਨਾਂ ਚਿਰ ਉਹਨਾਂ ਦਾ ਵਰਤੇ ਰਹੋਗੇ ਜੀ। ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਡੇ ਨਾਲ ਸੇਵਾ ਕਰਨ ਵਾਲਿਆਂ ਦੀ ਇਹ ਕਹਿਣਾ ਵੀ ਜਿੰਨਾ ਚਿਰ ਸਵੇਰ ਦੇ 3 ਵਜੇ ਦੇ ਉਹ ਇੱਥੇ ਲੱਗੇ ਹੋਏ ਨੇ, ਔਰ ਜਿੰਨਾ ਚਿਰ ਇਹ ਸੰਘ ਨਿਕਲ ਕੇ ਇੱਥੋਂ ਜਾਏਗਾ ਨਹੀਂ ਜੀ ਉਹਨਾਂ ਚਿਰ ਇਹ ਕੰਟੀਨਿਊ ਲੱਗੇ ਰਹਿਣਗੇ, ਚਾਹੇ ਹੋਰ 4 ਘੰਟੇ ਲੱਗ ਜਾਣ। ਔਰ 2 ਟਰਾਲੀਆਂ ਦੇ ਕਰੀਬ ਇਹ ਗੰਨਾ ਭਰ ਕੇ ਲੈ ਕੇ ਆਏ ਸੀ ਇੱਥੇ ਜੀ, ਔਰ ਤੁਹਾਨੂੰ ਅਸੀਂ ਗੰਨਾ ਕੱਢਦੇ ਦਿਖਾਵਾਂਗੇ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਥੇ ਦਿਖਾਉਣ, ਔਰ ਤੁਸੀਂ ਦੇਖ ਸਕਦੇ ਹੋ ਇਸ ਘਲਾੜੀ ਦੇ ਵਿੱਚ ਗੰਨਾ ਕਿਸ ਤਰ੍ਹਾਂ ਪਾ ਕੇ ਕਿਸ ਤਰ੍ਹਾਂ ਇੱਥੇ ਜੀ ਰਸ ਕੱਢਿਆ ਜਾਂਦਾ। ਔਰ ਜੇ ਆਪਾਂ ਇਸ ਇਲਾਕੇ ਦੇ ਹਿਸਾਬ ਨਾਲ ਚੱਲੀਏ ਤਾਂ ਉਹਨੂੰ ਰੋਹ ਕਿਹਾ ਜਾਂਦਾ ਜੀ, ਔਰ ਜੇ ਆਪਾਂ ਪਿੱਛੇ ਨੂੰ ਨਿਗਾਹ ਮਾਰੀਏ ਅਸੀਂ ਘੱਟੋ ਘੱਟ 3 ਤੋਂ 4 ਕਿਲੋਮੀਟਰ ਤੁਰ ਕੇ ਆ ਚੁੱਕੇ ਹਾਂ, ਔਰ ਇਹ ਰਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਸੰਗਤ ਹੀ ਇੰਨੀ ਹੈ ਜੀ, ਔਰ ਇਹ ਕਿਲੋਮੀਟਰਾਂ ਦੇ ਵਿੱਚ ਤੁਹਾਨੂੰ ਡੇਰਾ ਬਾਬਾ ਨਾਨਕ ਤੱਕ ਇੱਦਾਂ ਹੀ ਮਿਲੇਗਾ ਕਿਉਂਕਿ ਹਰ ਜਗ੍ਹਾ ਦੇ ਉੱਤੇ ਪੈਰ ਪੈਰ ਦੇ ਉੱਤੇ ਲੰਗਰ ਲੱਗਿਆ ਹੁੰਦਾ ਜੀ, ਔਰ ਪੈਰ ਪੈਰ ਦੇ ਉੱਤੇ ਸੰਗਤ ਆ ਜਿਹੜੀ ਹਰ ਪਿੰਡ ਕਸਬੇ ਸ਼ਹਿਰ 'ਚੋਂ ਬਾਹਰ ਆ ਕੇ ਚੌਂਕਾਂ ਦੇ ਉੱਪਰ ਰੋਡਾਂ ਦੇ ਉੱਪਰ ਰਹਿੰਦੀ ਹੈ ਤਾਂ ਕਿ ਉਹ ਸੰਘ ਦੇ ਦਰਸ਼ਨ ਕਰ ਸਕੇ ਜੀ। ਤੁਸੀਂ ਦੇਖ ਸਕਦੇ ਹੋ ਲੋਕ ਆਪਣੇ ਬੋਤਲਾਂ ਦੇ ਵਿੱਚ ਵੀ ਇਹਨਾਂ ਨੂੰ ਭਰਾਉਂਦੇ ਨੇ। ਇਹ ਹਰ ਸਾਲ 3 ਦਿਨ ਪਹਿਲਾਂ ਲਾਈਦਾ ਵਾ ਸੰਘ ਤੋਂ। ਕੱਲ ਸਵੇਰੇ ਟਾਕਰੇ ਹੋਣੇ ਇਹਨਾਂ ਦੇ ਡੇਰੇ ਦੋਵਾਂ ਸੰਘਾਂ ਦੇ। ਇਹ ਕਿੰਨੇ ਕੁ ਸਾਲਾਂ ਤੋਂ ਚੱਲ ਰਿਹਾ ਜੀ? ਇਹ ਕਾਦੀਆਂ ਤੋਂ ਆਉਣਾ ਵਾ, ਉਹ ਘੁੰਮਣੀ ਰਾਤ ਰਹਿਣਾ ਅੱਜ। ਕਿੰਨੇ ਸਾਲਾਂ ਤੋਂ ਚੱਲ ਰਿਹਾ ਇਹ ਬਾਬੇ ਦਾ? 50 ਤੇ 52 ਸਾਲਾਂ ਤੋਂ ਚੱਲਦਾ ਜੀ। ਉੱਥੇ ਬਾਬਾ ਜੀ ਦਾ ਕੀ ਸੰਬੰਧ ਆ ਜੀ ਜਿੱਥੋਂ ਚੱਲਦਾ ਜੀ ਇਹ? ਉੱਥੇ ਬਾਬਾ ਜੀ ਨੇ ਰਾਤ ਕੱਟੀ, ਲੰਗਰ ਲਾਇਆ ਇਹਨਾਂ।
अच्छा जी उतों चोला चोले का लैके आते कपड़ा चोले साहब का मेला लगता ना बाबे नानक चोला चोले का तो लैके मेला फिर इतने आते जी संगत अपने संघ के रूप के पहुंचती हाँ जी तो जोड़ा संत आता उतों नंगे पैर ही आता जो पैर हो जाते स्थापना बाबे नानक जी उन्होंने अंश भी जो कल पोता आ गया मुड़ा आ गया उन्हें आंदा उन्हें चो नहीं लै गए वह परिवार चो जिन्हें बाबा सेवा ला गया बजुर्ग ने सूबेदार साहब तुम की कहना चाहोगे जी जो संघ असि तो देखिया जी पिछले दो साल तो कवर कर रहे हैं और देखिया हर साल लोगों का ऐदा ही तांता लग्या रहिंदा संघ तो इसे तरह ही वध चढ़ के जित्ता लैंदी आ कहना जी जो गुरदासपुर मनाया जाता वा जी एक चढ़ती कला है बाबा जी की ये इंतजार वास्ते संगत सवेर तो ही जुड़ जाने तक जड़िया जब तक इतों प्रवेश नहीं हो जाता इतों चल के इन्हें जौड़े जाना जौड़े तो फिर इन्हें डेरा बाबा नानक जाना वा तो संगत का इन्ना सत्कार मिलता वा संगत वेट करती रही इन्नी पब्लिक असी हर साल तो ज्यादा जी दर्शन कर पिछले साल ज्यादा संगत पिछली बारी गर्मी सी देखो जी पिछली दफा बहुत गर्मी सी हुण मौसम ही जड़ा वा वो बड़ा मेहरबान संगत ने कृपा की अपनी हयात जड़ी उन्होंने आकाश तो भेजी आ सच्चा पातशाह इन्हें जी संगत तुम देख रहे हो एक चढ़ती कला वा इतों अंदाजा ला सकते हैं कि पिछले साल नालों दुगनी जो है संगत पिछले साल जरा यह थी कि लॉकडाउन होने करके भी पर परवाह नहीं की दुनिया ने तो हुण तुसीं आप ही वेखते हो तो असीं तुहाडा बड़ा धन्नवाद करते हैं तुहाडी जी है साडे जिहड़ी संगत नूं तुसीं दर्शन करा रहे हो परमात्मा तुहाडे चैनल नूं चढ़दी कला च रखे परमात्मा इना तुहानू दवे कि तुसीं चढ़दी कला च रहो तुहानू होर इज्जत माण बख्शे वाहिगुरु जी का खालसा वाहिगुरु जी की फतेह। सो तुसीं देखिया भी साडे नाल सूबेदार साडे नाल भाई साहब हां जी भाई साहब इधर ये ना ये रत्तोवाल का पहलवान है हरजिंदर सिंह वो तीन दिन मेला लाउंदा रोज़ भाई किला कमाल तो लग जाए भाई अद्धा किलो लग जाए दो किलो लग जाए वो बाबे दे नाम ते पहली नूं हत्थ नहीं लाउणा उहने जदों संघ दा मेला मुक गया फिर आउट ना मिलदा धन्नवाद। तो तुसी देखिया किस तरह सानू इत्थे संगत ने सानू रूबरू कराया भी यह जिहड़ा संघ आ हुशियारपुर जिले तो चल के जिथे बाबा जी ने रात कट्टी सी उत्थों चल के उन्होंने घर के परिवार के विचों ही कोई जी है जिहड़ा वह उत्थों चल के चोला साहब लैके चोला साहब गुरद्वारा साहब पहुँचते हैं ताकि यह जिहड़ी रीत चली आ रही है कई सालों तो पिछले कई सालों तो इस तरह ही चलती रहेगी जिस तरह जदों जब तक वो परिवार का एक जी इस धरती के उपर है। सो फिलहाल ही इन्ना ही और संघ दे जदों जदों इतने संघ पहुँचेगा थोड़ा दोबारा असं दर्शन करावे कैमरामैन समर के नाल भुपिंदर गरेवाल डेली पोस्ट पंजाबी।